ਭਾਰਤ ਨੇ ਵੈਸਟ ਇੰਡੀਜ਼ ਖਿਲਾਫ 3 ਮੈਚਾਂ ਦੀ 1ਡੇ ਸੀਰੀਜ਼ ਦਾ ਆਖਰੀ ਮੈਚ 200 ਦੌੜਾਂ ਦੇ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਟੀਮ ਇੰਡੀਆ ਇਹ ਸੀਰੀਜ਼ 201 ਦੇ ਨਾਲ ਜਤਨ ਚ ਕਾਮਯਾਬ ਰਹੀ ਹੈ। ਵੈਸਟ ਇੰਡੀਜ਼ ਖਿਲਾਫ ਭਾਰਤੀ ਟੀਮ ਦੀ ਲਗਾਤਾਰ 13ਵੀਂ ਦੁਵੱਲੇ 1ਡੇ ਸੀਰੀਜ਼ ਜਿੱਤੇ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਕਿਸੇ ਇੱਕ ਟੀਮ ਦੇ ਖਿਲਾਫ ਲਗਾਤਾਰ ਦੋ ਪੱਖੀ 1ਡੇ ਸੀਰੀਜ਼ ਜਿੱਤਣ ਦਾ ਆਪਣਾ ਹੀ ਰਿਕਾਰਡ ਮਜ਼ਬੂਤ ਕਰ ਲਿਆ ਹੈ। ਇਸ ਵਿਸ਼ਵ ਰਿਕਾਰਡ ਦੇ ਵਿੱਚ ਜਿੱਥੇ ਭਾਰਤੀ ਟੀਮ ਪਾਕਿਸਤਾਨ ਤੇ ਇਸ ਦੇ ਨਾਲ ਹੀ ਉਸਨੇ ਪਾਕਿਸਤਾਨ ਤੋਂ ਆਪਣੀ ਦੂਰੀ ਹੋਰ ਵਧਾਈ। ਦੀ ਹੈ ਪਾਕਿਸਤਾਨ ਨੇ 1996 ਤੋਂ ਬਾਅਦ ਜ਼임ਬਾਬਵੇ ਖਿਲਾਫ ਲਗਾਤਾਰ 11 ਵਨਡੇ ਸੀਰੀਜ਼ ਜਿੱਤੀਆਂ ਸਨ ਭਾਰਤ ਨੇ ਵੈਸਟ ਇੰਡੀਜ਼ ਖਿਲਾਫ ਜੋ ਪਿਛਲੀਆਂ 13 ਵਨਡੇ ਸੀਰੀਜ਼ ਜਿੱਤੀਆਂ ਹਨ ਉਸ ਦੇ ਵਿੱਚ ਵੈਸਟ ਇੰਡੀਜ਼ ਨੂੰ 6 ਵਾਰ ਕਰੇਲੂ ਮੈਦਾਨ ਤੇ 7 ਵਾਰ ਹਰਾਉਣ ਚ ਕਾਮਯਾਬ ਰਹੀ ਹੈ ਭਾਰਤੀ ਟੀਮ ਨੇ ਇਸ ਲੜੀ ਦੀ ਸ਼ੁਰੂਆਤ ਸਾਲ 2007 ਤੋਂ ਕੀਤੀ ਸੀ ਜੋ ਹੁਣ ਤੱਕ ਚੱਲ ਰਹੀ ਹੈ ਇਸ ਨਾਲ ਹੀ ਪਾਕਿਸਤਾਨ ਨੇ ਵੈਸਟ ਇੰਡੀਜ਼ ਖਿਲਾਫ ਪਿਛਲੇ 10 ਦੋ ਵੱਲੇ ਵਨਡੇ ਸੀਰੀਜ਼ ਦੇ ਵਿੱਚ ਵੀ ਲਗਾਤਾਰ ਜਿੱਤ ਦਰਜ ਕੀਤੀ ਸੀ ਇਸ ਨਾਲ ਹੀ ਭਾਰਤ ਨੂੰ ਸ਼੍ਰੀਲੰਕਾ ਖਿਲਾਫ ਪਿਛਲੇ 10 ਵਨਡੇ ਸੀਰੀਜ਼ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਟੀਮ ਇੰਡੀਆ ਨੇ ਸਾਲ 2007 ਚ ਸ਼ੁਰੂ ਹੋਈ ਇਹ ਸੀਰੀਜ਼ ਨੂੰ ਬਰਕਰਾਰ ਰੱਖਿਆ